ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਯੂਥ ਪਾਲਿਸੀ ਬਣਾਉਣ ਦਾ ਐਲਾਨ ਕੀਤਾ ਹੈ। ਗੁਰਦਾਸਪੁਰ ਵਿੱਚ ਇੱਕ ਨਿੱਜੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਬੇਸ਼ੱਕ ਦੇਸ਼ ਅੰਦਰ ਨੌਜਵਾਨਾਂ ਲਈ ਕੋਈ ਪਾਲਿਸੀ ਨਹੀਂ ਬਣਾਈ, ਪਰ ਪੰਜਾਬ ਸਰਕਾਰ ਇਸ ਬਾਬਤ ਜ਼ਰੂਰ ਕਦਮ ਚੁੱਕੇਗੀ। ਕਾਬਲੇ ਗੌਰ ਹੈ ਕਿ ਸਿੱਧੂ ਬਟਾਲਾ ਵਿੱਚ ਇੱਕ ਸਮਾਰੋਹ ਵਿੱਚ ਸ਼ਿਰਕਤ ਕਰਨ ਪੁੱਜੇ ਸਨ। ਸੈਂਟਰ ਦੀ ਸਰਕਾਰ ਨੇ ਬਹੁਤ ਕਿਹਾ ਸਕਿੱਲ ਡਿਵੈਲਪਮੈਂਟ ਕਰਾਂਗੇ, ਫਲਾਨਾ ਕਰਾਂਗੇ, ਢਿੰਗਣਾ ਕਰਾਂਗੇ, ਲੇਕਿਨ ਮੈਂ ਅੱਜ ਇੱਥੇ ਖੜਾ ਹੋ ਕੇ ਕੈਪਟਨ ਸਾਹਿਬ ਵੱਲੋਂ ਇੱਕ ਐਲਾਨ ਕਰਦਾ ਕਿ ਅਸੀਂ ਅਗਲੇ 3-4 ਮਹੀਨਿਆਂ ਦੇ ਵਿੱਚ ਇੱਕ ਰੋਡ ਮੈਪ ਪੰਜਾਬ ਦੇ ਯੂਥ ਦੇ ਵਾਸਤੇ ਤਿਆਰ ਕਰਾਂਗੇ। ਯੂਥ ਪਾਲਿਸੀ ਬਣੂਗੀ,